ऐसा जालम सयाद सी जिसने सानू अपने घर में ही कैद कर लिया। साडी बलवान आत्मा नू कुचण वास्ते अंग्रेज साडे नाल बड़ा घटिया वर्ताव करदा सी। जिंदगी दे हर खेत्र विच साडा मजाक उड़ाउंदा सी। अंग्रेज दीआं कमीनगीआं अणख वाले बंदिआं दे दिलां विच कंडिआं वांग रड़कदीआं सन। अंग्रेज दे हौसलां उत्ते लिखिआ हुंदा सी इंडियन एंड डॉग्स नॉट अलाउड। ना इत्थे कुत्ता जा सकदा है, ना इत्थे हिंदुस्तानी जा सकदा है। इहनू कहिंदे ने गुलामी। 84 लाख जूनां विचों मिली हुई मनुखा जूनी दी दुर्दशा सराबे वर्गे गभरुआं तों सहारी ना गई। ਉਹ ਸਮਝ ਗਿਆ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ, ਇਹ ਤਾਂ ਸੂਲਾਂ ਦਾ ਵਿਛਾਉਣਾ ਹੈ। ਉਹ ਦੇਸ਼ ਭਗਤ ਬਣ ਗਏ। ਇਹਨਾਂ ਦੇਸ਼ ਭਗਤਾਂ ਨੇ ਹੀ ਹਿੰਦੁਸਤਾਨੀਆਂ ਨੂੰ ਇਹ ਗੱਲ ਸਮਝਾਈ, ਸਾਡੇ ਘਰ ਤੇ ਜਿਸ ਵਿਦੇਸ਼ੀ ਟੋਲੇ ਦਾ ਕਬਜ਼ਾ ਹੈ, ਇਹ ਵਿਦੇਸ਼ੀ ਟੋਲਾ ਸਖਤੀ ਤੋਂ ਬਗੈਰ ਸਾਡੇ ਘਰ ਵਿੱਚੋਂ ਨਹੀਂ ਨਿਕਲੇਗਾ। ਜਿਸ ਪੈਂਤੜੇ ਨਾਲ ਉਸਨੇ ਸਾਡੇ ਘਰ ਤੇ ਕਬਜ਼ਾ ਕੀਤਾ ਹੈ, ਉਸੇ ਪੈਂਤੜੇ ਨਾਲ ਇਹ ਕਬਜ਼ਾ ਛਡਾਉਣਾ ਪਵੇਗਾ। ਮਿੰਟਾਂ ਤਰਲਿਆਂ ਨਾਲ ਤਾਂ ਗੋਰੇ ਨੂੰ ਹੋਰ ਸਿਰ ਚਾੜ ਲਵਾਂਗੇ, ਸ਼ਾਂਤਮਈ ਨਹੀਂ ਮਸਲੇ ਹੱਲ ਕਰਦੀ। ਇਸ ਗੱਲ ਦਾ ਰੱਖੋ ਖਿਆਲ ਵੀਰੋ, ਜਿਹੜਾ ਬੰਦੇ ਨੇ ਕੀਤਾ ਵਜ਼ੀਰ ਖਾਂ ਦਾ, ਕਰੋ ਗੋਰਿਆਂ ਦਾ ਉਹੀ ਹਾਲ ਵੀਰੋ। ਭੇਟਾ ਸਰਾਂ ਦੀ ਲਵੇਗੀ ਜਦੋਂ ਇਹ ਹੋਊ ਫੇਰ ਆਜ਼ਾਦੀ ਨਿਹਾਲ ਵੀਰੋ। ਚੁੰਮ ਕੇ ਚੰਡੀ ਨੂੰ ਚਰਨ ਜੇ ਚੱਲ ਪਈਏ, ਇੱਥੋਂ ਨਿਕਲੂ ਗੋਰਾ ਚੰਡਾਲ ਵੀਰੋ। ਗਦਰ ਪਾਰਟੀ ਦਾ ਪਹਿਲਾ ਮੁੱਖ ਜੱਥਾ 23 ਅਗਸਤ 1914 ਨੂੰ ਅਮਰੀਕਾ ਤੋਂ ਢੋਲ ਧਮੱਕੇ ਨਾਲ 16 ਜਹਾਜ਼ਾਂ ਵਿੱਚ ਸਵਾਰ ਹੋ ਕੇ ਚੱਲ ਪਿਆ। ਭਾਰਤ ਵਿੱਚ ਆ ਕੇ ਸਰਾਬੇ ਨੇ ਸਾਰੇ ਦੇਸ਼ ਭਗਤਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਬੁਲਾਈ। ਇੱਕ ਮਤਾ ਪਾਸ ਕੀਤਾ ਗਿਆ ਕਿ 12 ਛਾਉਣੀਆਂ ਵਿੱਚ ਭਾਰਤੀ ਫੌਜੀ ਹਨ। ਉਹ ਭਾਵੇਂ ਅੰਗਰੇਜ਼ ਦੀ ਨੌਕਰੀ ਕਰਦੇ ਹਨ, ਪਰ ਉਹਨਾਂ ਦਾ ਅਸਲਾ ਤਾਂ ਭਾਰਤੀ ਹੈ। ਜੇਕਰ ਉਹਨਾਂ ਫੌਜੀ ਵੀਰਾਂ ਨੂੰ ਆਪਣੇ ਨਾਲ ਮਿਲਾ ਲਿਆ ਜਾਵੇ ਤਾਂ ਫੌਜੀ ਤਾਕਤ ਗੋਰਿਆਂ ਦੇ ਪੈਰ ਫੇਰ ਦੇਵੇਗੀ। ਦੇਸ਼ ਭਗਤਾਂ ਨੇ 12 ਛਾਉਣੀਆਂ ਵਿੱਚ ਪੈਰ ਟਿਕਾਉਣ ਦਾ ਫੈਸਲਾ ਇਹੋ ਕੀਤਾ।
भगती की प्रेरणा ने फौजिया के सुते हो जल में जगा दते। उन्होंने सारी ताकत गदरिया की पिट से खड़ी कर दी। 12 फरवरी सारिया छाउनिया ने बगावत करने का पक्का प्रोग्राम मथ लिया, पर एक भाणा वरत गया। एक तो जर्मना ने जो असले का जहाज भेजा सी वह रस्ते फड़िया गया, जिस 5 लाख रिवालवर, 1 लाख राइफल, गोली सिक्के 2 लाख बक्से, 4 हवाई बंबार जहाज, 14 तोपां, 1000 बंब हवाई जहाज नाल सुट्टण वाले। जे असला भारत पहुंच जाता तो अंग्रेजा की सुआह भी नहीं सी लभनी। दूजी गल यह हुई, चंबे का जैलदार बेला सिंह DSP लियाकत हयात खां की सज्जी बांह सी। बेला सिंह की मदद नाल DSP ने एक गदार खरीद लिया जो गदरां बारे जानता सी, उसका नाम कृपाल सी। जो 12 फरवरी फौज में बगावत होनी सी उसकी सूह पापी कृपाले ने DSP पहुंचा दिती। एक असला फड़िया गया, दूजा पापी कृपाला गदारी कर गया। कृपाले गदार नू देश भगतां ने इहो दरसीसां दित्तियां, ओ बेड़ा बैठ गया उस बेईमान दा, सीता कम्मे होवे वड्डे लोक थान दा। खोद रहे गोरे खुद अपनी ही गोर नू, शेरां दी बड़क जदों गूंजदी चरण सिंघा, सुनना नहीं किसे फिर गिदड़ां दे शोर नू। एक हथियार फड़े गए, दूजा कृपाला विश्वासघात कर गया। यह हिंदुस्तान नू ना पूरा होने वाला घाटा सी, पर देश भगतां ने हौसला ना हारिया। 20 फरवरी 1915 की पार्टी हाईकमांड की मीटिंग खिंडपुर जाने का फैसला हो गया। पिंड चुगा फिरोजपुर आम जलसे बगावत लई आखिरी भाषण किया गया। इसने नवी रूह फूक दिती, कच्चे लोहे नू फलाद बना दिता। देश भगतों ने डौले फड़क पे, सूरमे मरन मरन तैयार हो गए। वीर सराबे ने सूरमिया नू इहो हल्लाशेरी दिती, तू भी दे।
ਕਰਨ ਲਈ ਪੈਸੇ ਦੀ ਸਖਤ ਜ਼ਰੂਰਤ ਸੀ। ਸਰਾਭੇ ਦੀ ਪਾਰਟੀ ਨੇ ਇੱਕ ਦਿਨ ਇੱਕ ਪਿੰਡ ਵਿੱਚ ਡਾਕਾ ਮਾਰਿਆ ਅਤੇ ਇੱਕ ਘਰ ਵਿੱਚ ਵੜ ਗਏ। ਉਸ ਘਰ ਵਿੱਚ ਇੱਕ ਮਾਸੂਮ ਕੰਨਿਆ ਸੀ। ਉਸ ਕੰਨਿਆ ਨੂੰ ਇੱਕ ਪਾਪੀ ਨੇ ਬੁਰੀ ਨਜ਼ਰ ਨਾਲ ਵੇਖਿਆ। ਉਸ ਕਮੀਨੇ ਨੂੰ ਕਰਤਾਰ ਸਿੰਘ ਸਰਾਭੇ ਨੇ ਇਤਨਾ ਕੁਟਾਪਾ ਚਾੜਿਆ, ਉਸ ਨੂੰ ਇਹ ਕਹਿਣਾ ਪਿਆ, ਭੈਣ ਜੀ ਮੈਨੂੰ ਮੁਆਫ ਕਰ ਦਿਓ, ਇਹ ਹੈ ਇੱਕ ਦੇਸ਼ ਭਗਤ ਦਾ ਉੱਚਾ ਸੁੱਚਾ ਇਖਲਾਕ। ਉਸ ਲੜਕੀ ਦੀ ਮਾਂ ਨੇ ਸਰਾਭੇ ਨੂੰ ਪੁੱਛਿਆ, ਕਾਕਾ ਤੂੰ ਕਿੰਨਾ ਚੰਗਾ ਮੁੰਡਾ ਏ, ਫਿਰ ਇਹ ਲੁੱਟ ਮਾਰ ਕਿਉਂ ਕਰਦਾ ਏ? ਸਰਾਭੇ ਨੇ ਕਿਹਾ, ਮਾਂ ਜੀ ਅਸੀਂ ਦੇਸ਼ ਭਗਤ ਹਾਂ, ਸਾਡੀ ਮਜਬੂਰੀ ਹੈ, ਸਾਡੇ ਕੋਲ ਪੈਸੇ ਦੀ ਘਾਟ ਹੈ, ਇਸੇ ਲਈ ਡਾਕੇ ਮਾਰ ਰਹੇ ਹਾਂ। ਇਹ ਸੁਣ ਕੇ ਮਾਈ ਦਾ ਦਿਲ ਪਿਘਲ ਗਿਆ। ਉਸਨੇ ਸਾਰੇ ਪੈਸੇ ਗਹਿਣੇ ਟੂਮਾ ਸਰਾਭੇ ਦੇ ਮੂਹਰੇ ਲਿਆ ਕੇ ਰੱਖ ਦਿੱਤੇ ਅਤੇ ਕਿਹਾ, ਪੁੱਤਰਾ ਜਿਸ ਭੈਣ ਦੀ ਤੈਂ ਇੱਜ਼ਤ ਬਚਾਈ ਹੈ, ਤੇਰੀ ਇਸ ਭੈਣ ਦਾ ਵਿਆਹ ਹੈ, ਆਪਣੀ ਭੈਣ ਦੇ ਵਿਆਹ ਜੋਗੇ ਛੱਡ ਜਾ, ਬਾਕੀ ਸਾਰੇ ਲੈ ਜਾ, ਨਾਲ ਮੇਰੀਆਂ ਸੀਸਾਂ ਵੀ ਲੈ ਜਾ। ਸਰਾਭਾ ਆਖਰੀ ਫੇਰੀ ਪਾ ਕੇ ਸਰਾਭੇ ਚੱਲਿਆ। ਰਸਤੇ ਵਿੱਚ ਸਰਾਭੇ ਦੀ ਭਾਲ ਵਿੱਚ ਪੁਲਿਸ ਖੜੀ ਸੀ। ਉਧਰ ਇੱਕ ਟੂਸਿਆਂ ਦਾ ਮੁੰਡਾ ਨਿੱਕਾ ਸਿੰਘ ਕਪਾਹ ਦਾ ਗੱਡਾ ਲਈ ਜਾਂਦਾ ਸੀ। ਉਸਨੇ ਸਰਾਭੇ ਨੂੰ ਆਪਣੀ ਕਪਾਹ ਦੇ ਗੱਡੇ ਦੇ ਵਿੱਚ ਲੁਕੋ ਕੇ ਮੁੱਲਾਂ ਪਰ ਜਾ ਛੱਡਿਆ। ਸਰਾਭਾ ਅਤੇ ਸਰਾਭੇ ਦੇ ਸਾਥੀ ਮੋਗੇ ਲਈ ਟਾਂਗਿਆਂ ਵਿੱਚ ਚੱਲ ਪਏ। ਅੱਗੇ ਫੇਰੂ ਸ਼ਾਹ ਦੇ ਥਾਣੇ ਮੂਹਰੇ ਥਾਣੇਦਾਰ ਖੜਾ ਸੀ। ਇੱਕ ਗਦਾਰ ਜਵਾਲਾ ਸਿੰਘ ਨੂੰ ਸ਼ੱਕ ਪੈ ਗਈ ਕਿ ਇਸ ਟਾਂਗੇ ਵਿੱਚ ਸਰਾਭਾ ਹੈ। ਉਸਨੇ ਥਾਣੇਦਾਰ ਕੋਲ ਜਾ ਕੇ ਮੁਖਬਰੀ ਇਹੋ ਕੀਤੀ। Yeah।
लड़ लड़ मचदी वेख के शमा ताई ओदे वल नू ओडा पतंगे गए ठोकर मार के ईशां दी जिंदगी नू देश प्यार दे रंग विच रंगे गए फुल्लां उत्ते नहीं सूरमे मोहत होए वेखो उत्ते संगीना दे तंगे गए कई भेज दिते जला वतनियां नू कई मौत नाल चरण सिया मंगे गए ज्वाले दी गदारी नाल सराबे दे कुछ साथी फड़े गए कुछ साथी शहीद हो गए जदों सराबा लाहौर पहुंचिया इत्थे भी कामयाबी ना मिली इतों सराबा रास बिहारी बोस नू पंजाबी पहरावे विच बनारस नू गड्डी चढ़ाया आ जदों सराबा वापस मुड़िया तां कुछ समा पेशावर वल गया आखिर हथियार प्राप्त करन लई अपने दो साथियों नाल चक नंबर 5 जिला सरगोधा विच जा पहुंचिया इत्थे 22 रसाले दा घोड़िया दा फार्म सी उतों दे रसालदार गंडा सिंह ने उन्हां तिन्हां नू 2 मार्च 1915 नू सरकार कोल गिरफ्तार करवा दिता फिर सेंटर जे लाहौर लियांदे गए अते झूठे मुकदमियां पिछों फांसी दा हुक्म हो गया सराबे ने अपनी अंतम यात्रा यह कह के शुरू की अगन भेट कर देंगा हसरता नू अग विच रमान जलावांगा मैं सार सुटांगा अपना आशियाना चानण जग दे विच खिंडावांगा मैं भार गवांगा चुप के सीस उत्ते थोनू खुशी दे गीत सुनावांगा मैं लोग सोहणियां सुंदरियां भालदे ने वेख्यो मौत नाल शादी रचावांगा मैं 16 नवंबर 1915 नू सवेरे 8 बजे सेंटर जे लाहौर विच यह सूरमा फांसी नू पींग मना के झूट गया पिंड सराबे दे गभरू दी इस महान कुरबानी दा वर्णन चरण सिंह आलमगीर दा ढाडी जत्था जीत सिंह आलमगीर वलैत सिंह मियोवाल सरंगी मास्टर गुरपाल सिंह आलमगीर हे इंज करदे हन फांसी ते लई करतार नू
ਵੱਲੋਂ ਬੈਸਟਾ ਵਿਜਨ ਇਲੈਕਟ੍ਰੋਨਿਕਸ ਟੈਕਸਟਾਈਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪੰਜਾਬ ਦੇ ਮਹਾਨ ਸੂਰਮੇ ਕਰਤਾਰ ਸਿੰਘ ਸਰਾਭੇ ਦੀਆਂ ਵਾਰਾਂ ਪੇਸ਼ ਕਰਨ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।